ਜੈ ਭੀਮ ਜੈ ਭਾਰਤ ਜੀ, ਮੈਂ ਰਾਜਕੁਮਾਰ ਸਾਕੀ। 2024 ਦੀਆਂ ਜ਼ਿਮਨੀ ਚੋਣਾਂ ਹੋਣ ਜਾ ਰਹੀਆਂ ਨੇ, ਖਾਸ ਤੌਰ 'ਤੇ ਵੈਸਟ ਏਰੀਆ ਜਲੰਧਰ ਦੇ ਹਲਕੇ ਤੋਂ। ਉਸ ਦੇ ਵਿੱਚ ਅੱਜ ਮੈਂ ਆਪਣੀ ਨੋਮੀਨੇਸ਼ਨ ਫਾਈਲ ਕੀਤੀ ਹੈ ਆਜ਼ਾਦ ਉਮੀਦਵਾਰ ਦੇ ਵਜੋਂ। ਨਾਮ ਤੁਹਾਡਾ ਕੀ ਹੈ? ਰਾਜਕੁਮਾਰ ਸਾਕੀ ਮੇਰਾ ਨਾਮ ਹੈ ਜੀ। ਜੀ, ਅਤੇ ਮੇਰੇ ਨਾਲ ਨਾਲ 17 ਹੋਰ ਕੈਂਡੀਡੇਟਸ ਨੇ ਜਿਨ੍ਹਾਂ ਨੇ ਨਾਮਜ਼ਦਗੀ ਕੀਤੀ ਹੈ, ਪਰ ਕਹੇ ਅਨੁਸਾਰ ਸੁਣੇ ਅਨੁਸਾਰ ਹਰ ਵਾਰ ਇੱਦਾਂ ਹੁੰਦਾ ਹੈ ਕਿ ਜਦੋਂ ਇੱਕ ਲਹਿਰ ਚੱਲਦੀ ਹੈ ਉਸ ਵਕਤ ਤਾਂ ਬਹੁਤ ਜਣੇ ਆ ਜਾਂਦੇ ਨੇ, ਪਰ ਜਦੋਂ ਲਹਿਰ ਕਿਸੇ ਮੁਕਾਮ ਤੱਕ ਪਹੁੰਚਣਾ ਚਾਹੁੰਦੀ ਉਦੋਂ ਤੱਕ ਉਹਦਾ ਵਹਾਵ ਘੱਟ ਜਾਂਦਾ ਹੈ। ਤਾਂ ਜੇ ਅੱਜ 18-19 ਕੈਂਡੀਡੇਟਸ ਹੋਏ ਨੇ ਅਤੇ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੇ ਕੈਂਡੀਡੇਟਸ ਨੇ ਆਪਣੇ ਜੋ ਨਾਮਜ਼ਦਗੀ ਵਾਪਸ ਵੀ ਲੈਣੀ ਹੈ, ਅਤੇ ਉਸ ਤੋਂ ਬਾਅਦ 26 ਤਾਰੀਖ ਨੂੰ ਜੋ ਸਾਡੇ ਚਿੰਨ੍ਹ ਹੋਣੇ ਨੇ ਉਹਨਾਂ ਦੀ ਘੋਸ਼ਣਾ ਕੀਤੀ ਜਾਊਗੀ। ਅਤੇ ਬਾਕੀ ਜੀ, ਇਹ ਤਾਂ ਤੁਹਾਡੀ ਗੱਲ ਹੋ ਗਈ ਚਿੰਨ੍ਹ ਵਗੈਰਾ ਦੀ। ਤੁਸੀਂ ਹਾਂਜੀ, ਇਹ ਵੈਸਟ ਏਰੀਆ 'ਚ ਮੁੱਦੇ ਕੀ ਕੀ ਨੇ ਜਿਹੜੇ ਮੁੱਦੇ ਤੁਸੀਂ ਸੋਰਟ ਆਊਟ ਕਰੋਗੇ ਸਰ? ਇਹ ਮੇਰੇ 22-23-24 ਦੇ ਵਿੱਚ ਲਗਾਤਾਰ ਮੈਂ 3 ਇਲੈਕਸ਼ਨ ਲੜੇ ਨੇ ਅਤੇ ਇਹ ਮੇਰੇ 4th ਇਲੈਕਸ਼ਨ ਨੇ 24 ਦੇ ਵਿੱਚ। ਅਤੇ ਇਹ ਜਿਹੜੇ ਮੁੱਦੇ ਹੈਗੇ ਆ ਘਰ ਘਰ ਦੇ ਮੁੱਦੇ ਹੀ ਨੇ। ਮੈਂ ਸਰ 2022 ਦੇ ਵਿੱਚ MLA ਦਾ ਲੜਿਆ, 2024 ਦੇ ਵਿੱਚ MP ਦੀਆਂ ਜ਼ਿਮਨੀ ਚੋਣਾਂ, 2024 ਦੀਆਂ ਚੋਣਾਂ ਜਿਹੜੀਆਂ ਹੁਣ 2 ਹਫ਼ਤੇ ਪਹਿਲਾਂ ਹੋਈਆਂ ਨੇ, ਤਾਂ ਇਹ ਹੁਣ ਫਿਰ MLA ਦੀਆਂ ਜ਼ਿਮਨੀ ਚੋਣਾਂ ਲੜ ਰਹੇ ਨੇ। ਮੁੱਦੇ ਕੀ ਹੋਣਗੇ? ਮੁੱਦੇ ਸਭ ਤੋਂ ਪਹਿਲਾਂ ਤਾਂ ਜਿਹੜੀ ਸਾਡੇ ਮਾਡਲ ਹਾਊਸ ਜਾਂ ਉਹਦੇ ਆਲੇ ਦੁਆਲੇ ਦੇ ਏਰੀਆ ਦੇ ਵਿੱਚ ਬੱਚੇ ਪੜ੍ਹਾਈ ਤੋਂ ਦੂਰ ਕੀਤੇ ਜਾ ਰਹੇ ਨੇ ਕਿਸੇ ਨਾ ਕਿਸੇ ਤਰੀਕੇ ਨਾਲ, ਚਾਹੇ ਉਹ ਲੜਾਈਆਂ ਦੇ ਵਿੱਚ ਜਾਣ, ਚਾਹੇ ਉਹ ਰੈਲੀਆਂ ਦੇ ਵਿੱਚ ਜਾਣ, ਚਾਹੇ ਉਹ ਨਸ਼ੇ ਕਰਨ, ਨਸ਼ੇ ਵੇਚਣ, ਜਾਂ ਫਿਰ ਉਹ ਜੇਲ੍ਹਾਂ ਦੇ ਵਿੱਚ ਜਾਣ। ਇਹ ਸਭ ਤੋਂ ਵੱਡੀ ਵਿਡੰਬਣਾ ਕਿ ਇਸ ਦੇ ਵਿੱਚ ਐਸੀ ਸਮਾਜ, ਮੇਰੇ ਆਪਣੇ ਸਮਾਜ ਦਾ ਬਹੁਤ ਵੱਡਾ ਤਬਕਾ ਆ ਜਿਹਨੂੰ ਪੜ੍ਹਾਈ ਤੋਂ ਮਹਿਰੂਮ ਰੱਖ ਕੇ, ਦੂਰ ਰੱਖ ਕੇ ਇਹਨਾਂ ਗਤੀਆਂਵਿਧੀਆਂ ਦੇ ਵਿੱਚ ਪਾਇਆ ਜਾਂਦਾ, ਇਹਨਾਂ ਚੀਜ਼ਾਂ ਦੇ ਵਿੱਚ ਪਾਇਆ ਜਾਂਦਾ ਹੈ ਕਿ ਇਹ ਜਿਹੜਾ ਸਮਾਜ ਹੈ ਕਿਸੇ ਵੀ ਤਰੀਕੇ ਨਾਲ ਉੱਪਰ ਨਾ ਚੜ੍ਹ ਸਕੇ, ਉੱਪਰ ਨਾ ਵੱਧ ਸਕੇ। ਇਹ ਸਭ ਤੋਂ ਪਹਿਲਾ ਮੁੱਦਾ ਹੈ। ਦੂਸਰਾ, ਸਾਡੇ ਸਮਾਜ ਦੇ ਵਿੱਚੋਂ ਜਿੰਨੀਆਂ ਵੀ ਲੇਡੀਜ਼ ਨੇ ਜਿਹੜੀਆਂ ਕਿ ਘਰਾਂ ਦੇ ਵਿੱਚ ਕੰਮ ਕਰ ਰਹੀਆਂ ਨੇ, ਉਹਨਾਂ ਨੂੰ ਸਰਕਾਰਾਂ ਦੇ ਵੱਲੋਂ ਕੋਈ ਵੀ ਸੁੱਖ ਸੁਵਿਧਾ ਅੱਜ ਤੱਕ ਨਾ ਤਾਂ ਕਿਸੇ ਵੱਲੋਂ ਦਿੱਤੀ ਗਈ ਹੈ ਅਤੇ ਨਾ ਹੀ ਕਿਸੇ ਪਾਰਟੀ ਨੇ ਉੱਦਾਂ ਦੀ ਆਵਾਜ਼ ਚੁੱਕੀ ਹੈ। ਤੀਸਰੀ ਗੱਲ ਇਹ ਹੈਗੀ ਕਿ ਜਲੰਧਰ ਦੇ ਵਿੱਚ ਕਿਸੇ ਵੀ ਮੈਡੀਕਲ ਫੈਸਿਲਿਟੀ ਨੂੰ ਜੇ ਅਸੀਂ ਗ੍ਰਹਿਣ ਕਰਨਾ ਹੋਵੇ ਤਾਂ ਸਾਡੇ ਕੋਲ ਰਿਪੋਰਟਰ ਸਾਹਿਬ ਉਹ ਤੱਤ ਪੂਰੇ ਨਹੀਂ ਹੈਗੇ ਨੇ ਕਿ ਸਾਨੂੰ ਮੈਡੀਕਲ ਫੈਸਿਲਿਟੀ ਪੂਰੇ ਤਰੀਕੇ ਨਾਲ ਇੱਥੇ ਮਿਲ ਸਕੇ। ਇਹ 3 ਚੀਜ਼ਾਂ, ਮੁੱਢਲੀਆਂ ਚੀਜ਼ਾਂ ਨੇ ਜਿਹੜੀਆਂ ਹਰ ਇੱਕ ਇਨਸਾਨ ਨੂੰ, ਹਰ ਇੱਕ ਪਰਿਵਾਰ ਨੂੰ ਚਾਹੀਦੀਆਂ ਨੇ। ਵੈਸਟ ਏਰੀਆ 'ਚ ਪਾਣੀ ਦੀ ਸਮੱਸਿਆ ਬਹੁਤ ਆ ਰਹੀ ਹੈ, ਕਾਫੀ ਜਿਹੜੀਆਂ, ਕੱਲ ਵੀ ਜਿਹੜਾ ਧਰਨਾ ਲੱਗਾ ਉਸ ਦੇ ਬਾਰੇ ਕੀ ਕਹਿਣਾ ਹੈ? ਵੈਸਟ ਏਰੀਆ 'ਚ ਕਾਫੀ ਜਿਹੜਾ ਪਾਣੀ ਦੀ ਜਿਹੜੀ ਪ੍ਰੋਬਲਮ ਆ ਰਹੀ ਸਰ, ਇਹ ਸਾਨੂੰ ਤਕਰੀਬਨ 10 ਸਾਲ ਵੈਸਟ ਏਰੀਆ ਦੇ ਵਿੱਚ ਹੋ ਗਏ ਨੇ ਰਹਿੰਦੇ ਹੋਏ, ਇਸ ਤਰ੍ਹਾਂ ਦਾ ਕੋਈ ਵੀ ਚੀਜ਼ ਕਦੀ ਹੋਈ ਨਹੀਂ ਸੀ, ਕਦੀ ਪੌਪਅਪ ਨਹੀਂ ਹੋਈ ਸੀ, ਮਤਲਬ ਕਦੀ ਉਜਾਗਰ ਨਹੀਂ ਹੋਈ ਸੀ। ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇੱਥੋਂ ਲੌਸ ਖਾ ਕੇ ਗਈ ਹੈ, ਉਸ ਤੋਂ ਬਾਅਦ ਹੀ ਗਲੀਆਂ ਦੇ ਵਿੱਚ ਗੰਦਾ ਪਾਣੀ ਆਉਣਾ ਸ਼ੁਰੂ ਹੋ ਗਿਆ, ਗਲੀਆਂ ਦਾ ਜਿਹੜਾ ਪੀਣ ਵਾਲਾ ਪਾਣੀ ਸੀ ਉਹ ਬੰਦ ਹੋਣਾ ਸ਼ੁਰੂ ਹੋ ਗਿਆ, ਅਤੇ ਗਲੀਆਂ ਦੇ ਵਿੱਚ ਜੋ ਗਤੀਵਿਧੀ ਹੋਣੀ ਚਾਹੀਦੀ ਸੀਗੀ ਜਾਂ ਰੁਕਣੀ ਚਾਹੀਦੀ ਸੀ ਉਹਨਾਂ ਦਾ ਕਿਤੇ ਮਿਕਸਚਰ ਬਣ ਰਿਹਾ ਹੈਗਾ, ਉਹ ਨਹੀਂ ਹੋ ਰਹੀਆਂ ਹੈਗੀਆਂ ਨੇ। ਅੱਜਕੱਲ੍ਹ ਤੁਸੀਂ ਐਜੂਕੇਸ਼ਨ ਦੀ ਗੱਲ ਕੀਤੀ, ਹਾਂਜੀ, ਨੀਟ ਦਾ ਜਿਹੜਾ ਐਗਜ਼ਾਮ ਦੇ ਵਿੱਚ ਘੁਟਾਲਾ ਹੋਇਆ ਉਹਦੇ ਬਾਰੇ ਕੀ ਕਹਿਣਾ ਹੈ? ਆ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਸਾਰੇ ਅੱਜ ਤਬਕਾ ਇਕੱਠਾ ਹੋਇਆ ਸੀਗਾ, ਬਹੁਤ ਸਾਰੀਆਂ ਅਲੱਗ ਅਲੱਗ ਪਾਰਟੀਆਂ ਦੇ ਵੱਲੋਂ ਜਥੇਬੰਦੀਆਂ ਆਈਆਂ ਸੀਗੀਆਂ ਕਿ ਜਿਨ੍ਹਾਂ ਨੇ ਨਾਰੇ ਵੀ ਲਾਏ, ਮੁਰਦਾਬਾਦ ਵੀ ਕਿਹਾ, ਜਿੰਦਾਬਾਦ ਵੀ ਕਿਹਾ, ਜਿੰਦਾਬਾਦ ਉਹਨਾਂ ਨੇ ਉਸ ਚੀਜ਼ ਨੂੰ ਕਹਿ ਦਿੱਤਾ ਜਿਹੜੇ ਉਹਨਾਂ ਨੂੰ ਪ੍ਰੇਰਿਤ ਕਰ ਰਹੇ ਨੇ, ਮੁਰਦਾਬਾਦ ਉਹਨਾਂ ਨੇ ਉਸ ਚੀਜ਼ ਨੂੰ ਕਹਿ ਦਿੱਤਾ ਜਿਹੜੇ ਉਹਨਾਂ ਦੇ ਨਾਲ ਨਹੀਂ ਤੁਰ ਰਹੇ ਨੇ। ਸੋ ਇਹ ਸਾਰੀਆਂ ਚੀਜ਼ਾਂ ਹਰ ਸ਼ਹਿਰ ਦੇ DC ਨੂੰ ਪਤਾ ਹੁੰਦਾ ਆ, ਜਿਹੜਾ ਐਜੂਕੇਸ਼ਨ ਸੈਕਟਰ ਆ ਜੇ ਚੋਣਾਂ ਦੇ ਵਿੱਚ ਇੰਨੀ ਜਾਣਕਾਰੀ ਲੈ ਕੇ ਇੰਨੀਆਂ ਚੀਜ਼ਾਂ ਦੀ ਪੜਤਾਲ ਕਰਕੇ ਕਿਸੇ ਆਜ਼ਾਦ ਉਮੀਦਵਾਰ ਨੂੰ ਖੜਾ ਕਰ ਸਕਦੇ ਨੇ ਜਾਂ ਉਹਦੇ ਕਾਗਜ਼ ਨੂੰ ਬੇਦਖਲ ਕਰ ਸਕਦੇ ਨੇ, ਤੇ ਨੀਟ
ਬਹੁਤ ਵੱਡਾ ਐਗਜ਼ਾਮ ਹੈ ਜੀ ਭਾਰਤ ਦਾ, ਇਹਦੇ ਵਿੱਚ ਇਦਾਂ ਦੀ ਕੋਤਾਹੀ ਕਿਸ ਤਰੀਕੇ ਨਾਲ ਹੋਵੇ? ਜ਼ਿੰਮੇਵਾਰ ਕਿਹਨੂੰ ਸਮਝਦੇ ਹੋ ਨੀਟ ਦੇ ਘੁਟਾਲੇ 'ਚ, ਜ਼ਿੰਮੇਵਾਰ ਕਿਸ ਚੀਜ਼ ਨੂੰ ਸਮਝਦੇ? ਮੈਂ ਤਾਂ ਸਮਝਦਾ ਜਿਹੜੀ ਐਡਮਿਨਿਸਟ੍ਰੇਸ਼ਨ ਉਸ ਦੇ ਵਿੱਚ ਕੰਮ ਕਰਦੀ ਹੈ ਉਹ ਸਭ ਤੋਂ ਵੱਡੀ ਜ਼ਿੰਮੇਵਾਰੀ ਦੇ ਹੱਕਦਾਰ ਹੈਗੀ ਆ, ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨਾ ਚਾਹੀਦਾ ਤੇ ਉਹਨਾਂ ਨੂੰ ਇਸ ਚੀਜ਼ ਨੂੰ ਮੰਨਣਾ ਵੀ ਚਾਹੀਦਾ। ਲਾਸਟ ਤੇ ਲਾਸਟ ਇੱਕੋ ਇੱਕ ਸਵਾਲ ਹੈ ਜਿਹੜਾ, ਤੁਹਾਨੂੰ ਲੋਕ ਕਿਉਂ ਵੋਟ ਪਾਉਣ, ਕੀ ਮੁੱਦੇ ਨੇ ਜਿਹੜੇ ਤੁਸੀਂ ਹਾਂ ਸੁਧਾਰ ਕਰੋਗੇ ਬਾਕੀ ਪਾਰਟੀਆਂ ਨਾਲੋਂ, ਕੀ ਚੀਜ਼ ਤੁਹਾਡੇ ਵਿੱਚ ਅਲੱਗ ਹੈ ਤੁਹਾਨੂੰ ਲੋਕ ਵੋਟ ਪਾਉਣ? ਰਾਜਕੁਮਾਰ ਸਾਕੀ ਕੋਸ਼ਿਸ਼ ਕਰ ਸਕਦਾ ਤੇ ਕੋਸ਼ਿਸ਼ ਵੀ ਮੈਂ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸੰਵਿਧਾਨ ਦੇ ਮੁਤਾਬਕ ਹੀ ਕਰਾਂਗਾ। ਮੈਂ ਪ੍ਰਸ਼ਾਸਨ ਨੂੰ ਉਹ ਚੀਜ਼ਾਂ ਕਰਨ ਦੇ ਲਈ ਪ੍ਰੇਰਿਤ ਵੀ ਕਰਾਂਗਾ ਤੇ ਮਜਬੂਰ ਵੀ ਕਰਾਂਗਾ ਕਿ ਜੋ ਡਾਕਟਰ ਭੀਮ ਰਾਓ ਜੀ ਨੇ ਸੰਵਿਧਾਨ ਦੇ ਲਈ ਕੀਤਾ ਜਾਂ ਸੰਵਿਧਾਨ ਦੇ ਦੁਆਰਾ ਕਰਨ ਦੀ ਕੋਸ਼ਿਸ਼ ਕਰਨ ਦੀ ਲੜੀ ਨੂੰ ਵਚਨਬੱਧ ਕੀਤਾ ਸੀਗਾ, ਅੱਜ ਤੱਕ ਕਿਸੇ ਵੀ ਸ਼ਹਿਰ ਦੇ ਵਿੱਚ ਨਾ ਤੇ ਉਹ ਚੀਜ਼ ਹੋਈ ਹੈਗੀ ਆ ਤੇ ਨਾ ਹੀ ਉਹ ਚੀਜ਼ ਨੂੰ ਕਿਸੇ ਸਰਕਾਰ ਵੱਲੋਂ, ਸਰਕਾਰ ਦੇ ਨੁਮਾਇੰਦਿਆਂ ਵੱਲੋਂ ਤੇ ਨਾ ਹੀ ਸਰਕਾਰ ਦੀਆਂ ਜਿਹੜੀ ਐਡਮਿਨਿਸਟ੍ਰੇਸ਼ਨ ਚੱਲਦੀ ਆ ਉਹਨਾਂ ਵੱਲੋਂ ਕੀਤਾ ਗਿਆ। ਸਰਕਾਰਾਂ ਨੇ ਹਾਂਜੀ ਡਰੱਗਸ ਸਰ, ਮੇਰੇ ਹਲਕੇ ਦੇ ਵਿੱਚ ਇੱਕ ਪਿੰਡ ਆਉਂਦਾ ਕਾਲਾ ਬੱਕਰਾ, ਉੱਥੇ 53 ਲੋਕ ਇੱਕ ਸਾਲ ਦੇ ਵਿੱਚ ਮਰੇ ਨੇ, ਸ਼ਾਇਦ ਤੁਹਾਡੇ ਤੱਕ ਇਹ ਰਿਪੋਰਟ ਪਹੁੰਚੀ ਕਿ ਨਹੀਂ ਪਹੁੰਚੀ, ਤੇ ਉੱਥੇ ਵੀ ਡਰੱਗਸ ਪਿੰਡ ਕਾਲਾ ਬੱਕਰਾ ਹਲਕਾ ਭੋਗਪੁਰ ਦਾ ਜੀ। ਏਜ ਕਿੰਨੀ ਹੈ? ਉਹ 14 ਸਾਲ ਤੋਂ ਉੱਪਰ ਨੇ ਜੀ, 52 ਸਾਲ ਤੱਕ। ਦਾਰੂ ਪੀ ਕੇ, ਚਿੱਟਾ ਪੀ ਕੇ, ਇੰਜੈਕਸ਼ਨ ਲਗਾ ਕੇ, ਕਈ ਬੱਚਿਆਂ ਦੇ ਤਾਂ ਇੰਜੈਕਸ਼ਨ ਵਿੱਚ ਹੀ ਰਹਿ ਗਿਆ ਜੀ। ਉੱਥੇ ਮੈਂ 2 ਰੈਲੀਆਂ ਕੀਤੀਆਂ, ਉੱਥੇ ਦੇ SS ਮੈਂ ਕੀਤੀ ਹੈ ਜੀ, ਉੱਥੇ ਦੇ SSP ਸਾਹਿਬ ਨੂੰ ਮੈਂ ਕੰਪਲੇਂਟ ਦੇ ਕੇ, ਮੈਂ ਰੈਲੀ ਵੀ ਬਹੁਤ ਵੱਡੀ ਉੱਥੇ ਪੱਧਰ ਤੇ ਕੱਢੀ, ਪਿੰਡ ਕਾਲਾ ਬੱਕਰਾ ਹਾਂਜੀ ਭੋਗਪੁਰ ਦਾ ਜੀ। ਅਸੀਂ ਤੁਹਾਨੂੰ ਜੋ ਵੀ ਗੱਲ ਕਰਾਂਗੇ ਤੁਹਾਡੇ ਨਾਲ ਪੂਰੇ ਫੈਕਟਸ ਤੇ ਕਰਾਂਗੇ, ਤੁਹਾਡੇ ਨਾਲ ਪੂਰੀ ਸੱਚਾਈ ਦੇ ਨਾਲ ਕਰਾਂਗੇ। ਤਾਂ ਮੈਂ ਚਾਹਾਂਗਾ ਕਿ SC ਸਮਾਜ ਇਸ ਵਾਰ ਆਪਣੀ ਅੱਖਾਂ ਖੋਲੇ, ਦਾਰੂ ਤੇ ਰਾਸ਼ਨ ਦੇ ਲਈ ਆਪਣੀਆਂ ਕੀਮਤੀ ਵੋਟਾਂ ਨਾ ਵੇਚਣ। ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਸਾਰਾ ਪਰਿਵਾਰ ਵਾਰ ਕੇ ਦੁੱਖ ਤਕਲੀਫਾਂ ਤਸੀਹੇ ਚੱਲ ਕੇ ਸਾਨੂੰ ਤੁਹਾਨੂੰ ਵੋਟ ਦਾ ਅਧਿਕਾਰ ਦਿੱਤਾ ਹੈ ਤੇ ਉਸ ਦੀ ਸਹੀ ਵਰਤੋਂ ਸਾਨੂੰ ਸਾਰਿਆਂ ਨੂੰ ਕਰਨੀ ਚਾਹੀਦੀ ਹੈ ਜੀ।